ਦੋਸਤੋ ਪੰਜਾਬ ਦੇ ਜੰਗਲਾਤ ਮਹਿਕਮੇ ਵਿੱਚ ਫੋਰੈਸਟ ਗਾਰਡ ਦੀਆਂ ਜਿਹੜੀਆਂ 200 ਪੋਸਟਾਂ ਦੀ ਅਨਾਊਂਸਮੈਂਟ ਹੋਈ ਹੈ, ਜਿਸ ਨੂੰ ਮੇਲ ਅਤੇ ਫੀਮੇਲ ਕੈਂਡੀਡੇਟ ਜੋ ਵੀ 12ਵੀਂ ਪਾਸ ਕੈਂਡੀਡੇਟ ਨੇ, ਮੇਲ ਹੈ ਜਾਂ ਇਹ ਫੀਮੇਲ ਹੈ, ਉਹ ਅਪਲਾਈ ਕਰ ਸਕਦੇ ਨੇ। ਹੁਣ ਕਾਫੀ ਬੱਚੇ ਸਵਾਲ ਪੁੱਛ ਰਹੇ ਨੇ ਇਹ ਪੋਸਟ ਅਪਲਾਈ ਕਿਵੇਂ ਕਰਨੀ ਹੈ, ਇਗਜ਼ਾਮ ਹੋ ਵੀ ਗਿਆ ਜਾਂ ਨਹੀਂ, ਸਿਲੈਕਸ਼ਨ ਕ੍ਰਾਈਟੇਰੀਆ ਕੀ ਰਹੇਗਾ। ਤਾਂ ਇਹ ਗੱਲ ਕੀ ਯਾਦ ਰੱਖੋ, ਇੱਕ ਨੋਟੀਫਿਕੇਸ਼ਨ ਹਾਲੇ ਹੋਰ ਆਵੇਗਾ, ਇਹ ਜਸਟ ਇਨਫੋਰਮੇਸ਼ਨ ਦਿੱਤੀ ਹੈ ਕਿ ਇਹ ਭਰਤੀਆਂ ਆ ਰਹੀ ਹੈ, ਜਿਸ ਵਿੱਚ 12ਵੀਂ ਪਾਸ ਕੈਂਡੀਡੇਟ ਚਾਹੀਦਾ ਹੈ ਅਤੇ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਅਤੇ ਚੈਸਟ ਕਿੰਨੀ ਹੋਣੀ ਚਾਹੀਦੀ ਹੈ। ਸ਼ਾਇਦ ਅਗਲੇ ਨੋਟੀਫਿਕੇਸ਼ਨ ਵਿੱਚ ਦੱਸਿਆ ਜਾਵੇਗਾ ਕਿ ਇਹ ਪੋਸਟ ਅਪਲਾਈ ਕਿਵੇਂ ਕਰਨੀ ਹੈ, ਔਨਲਾਈਨ ਅਪਲਾਈ ਕਰਨੀ ਹੈ ਜਾਂ ਆਫਲਾਈਨ ਕਰਨੀ ਹੈ। ਬਟ ਇਸ ਨੋਟੀਫਿਕੇਸ਼ਨ ਤੋਂ ਇੱਕ ਗੱਲ ਕਲੀਅਰ ਹੈ ਕਿ ਇਸ ਵਿੱਚ ਐਗਜ਼ਾਮ ਨਹੀਂ ਹੋਵੇਗਾ, ਜਸਟ ਫਿਜ਼ੀਕਲ ਬੇਸਿਸ ਤੇ ਜਿਹੜੇ ਸਿਲੈਕਸ਼ਨ ਹੋਵੇਗੀ, ਜਿਸ ਵਿੱਚ ਕੀ ਹੈ 13 ਕਿਲੋਮੀਟਰ ਮੇਲ ਕੈਂਡੀਡੇਟਾਂ ਨੂੰ ਵਾਕ ਕਰਨੀ ਹੈ ਅਤੇ 8 ਕਿਲੋਮੀਟਰ ਫੀਮੇਲ ਕੈਂਡੀਡੇਟਾਂ ਨੂੰ, 1.5 ਘੰਟੇ ਵਿੱਚ ਇਹ ਵਾਕ ਕੰਪਲੀਟ ਕਰਨੀ ਹੈ। ਇਸ ਦੇ ਬੇਸ ਤੇ ਹੀ ਜਿਹੜੀ ਸਿਲੈਕਸ਼ਨ ਹੋਵੇਗੀ, ਕਿਉਂਕਿ ਜੇ ਇਸ ਪੋਸਟ ਦਾ ਜੇ ਕੋਈ ਐਗਜ਼ਾਮ ਹੁੰਦਾ ਤਾਂ ਇੱਥੇ ਹੀ ਇਹਨਾਂ ਨੇ ਮੈਂਸ਼ਨ ਕਰ ਦਿੱਤਾ ਹੁੰਦਾ ਕਿ ਸਿਲੈਕਸ਼ਨ ਪ੍ਰੋਸੈਸ ਕੀ ਹੋਵੇਗਾ, CVT ਹੋਵੇਗਾ, ਉਸ ਤੋਂ ਬਾਅਦ ਕੀ ਹੁੰਦਾ ਹੈ ਆਹ ਜਿਹੜਾ ਫਿਜ਼ੀਕਲ ਟੈਸਟ ਹੁੰਦਾ, ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੁੰਦਾ ਹੈ। ਇੱਥੇ ਇਹਨਾਂ ਨੇ ਕੁਝ ਨਹੀਂ ਇਸ ਤਰ੍ਹਾਂ ਦਾ ਲਿਖਿਆ, ਤਾਂ ਕਰਕੇ ਹੋਪ ਕਰ ਸਕਦੇ ਹਾਂ ਕਿ ਇਸ ਦਾ ਐਗਜ਼ਾਮ ਨਹੀਂ ਹੋਵੇਗਾ ਅਤੇ ਫਿਜ਼ੀਕਲ ਦੇ ਬੇਸ ਤੇ ਹੀ ਜਿਹੜਾ ਇਸਦੀ ਸਿਲੈਕਸ਼ਨ ਪ੍ਰੋਸੈਸ ਕਰਵਾਈ ਜਾਵੇਗੀ। ਓਕੇ ਦੋਸਤੋ, ਜੇ ਇਸ ਰਿਗਾਰਡਿੰਗ ਪ੍ਰੋਪਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵਟਸਐਪ ਗਰੁੱਪ ਦਾ ਲਿੰਕ ਦੇ ਦਿੱਤਾ ਹੈ, ਉਸ ਨੂੰ ਜਾ ਕੇ ਜੁਆਇਨ ਕਰ ਲਓ, ਪੂਰੀ ਇਨਫੋਰਮੇਸ਼ਨ ਤੁਹਾਨੂੰ ਵਟਸਐਪ ਗਰੁੱਪ ਵਿੱਚ ਮਿਲ ਜਾਵੇਗੀ। ਐਂਡ ਜੇ ਕੋਈ ਸਵਾਲ ਤੁਹਾਡੇ ਮਨ ਵਿੱਚ ਹੈ ਤਾਂ ਇਹ ਮੇਰਾ ਇੰਸਟਾਗ੍ਰਾਮ ID ਨੰਬਰ ਹੈ, ਇਸ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਇੱਥੇ ਵੀ ਤੁਸੀਂ ਲੈ ਸਕਦੇ ਹੋ।